ਸਾਡੇ ਜ਼ਿਲ੍ਹੇ ਦੇ ਵਿੱਚੋਂ ਸਾਡੇ ਨਜ਼ਦੀਕ ਤੋਂ ਇੱਕ ਸੈਨਿਕ ਜਿਹੜਾ ਉਹ 21 ਸਾਲ ਸਰਵਿਸ ਕਰਕੇ ਆਪਣੇ ਘਰ ਪਹੁੰਚਿਆ ਹੈ 30 ਤਰੀਕ ਨੂੰ ਹੀ। ਉਹ ਆਉਂਦਿਆਂ ਸਾਰ ਹੀ ਅਜੇ ਮੇਰਾ ਖਿਆਲ ਹੈ ਪੂਰੀ ਤਰ੍ਹਾਂ ਆਪਣੀ ਸਿਵਲ ਲਾਈਫ ਦੇ ਵਿੱਚ ਸੈਟਲ ਵੀ ਨਹੀਂ ਹੋਇਆ ਅਤੇ ਉਹਦੇ ਨਾਲ ਇਹ ਸਾਈਬਰ ਠੱਗਾਂ ਦਾ ਜਿਹੜਾ ਉਹਨਾਂ ਦੇ ਜਾਲ ਦੇ ਵਿੱਚ ਫੜਿਆ ਗਿਆ। ਇਹ ਰਾਸ਼ੀ ਜਿਹੜੀ ਹੈ 13 ਤੇ 9 22,68,918 ਰੁਪਏ ਬਣਦੀ ਹੈ ਟੋਟਲੀ, ਅਤੇ ਇਹ ਕੋਈ ਛੋਟੀ ਮੋਟੀ ਰਾਸ਼ੀ ਨਹੀਂ ਹੈ। 21 ਸਾਲ ਸਰਵਿਸ ਕਰਨ ਤੋਂ ਬਾਅਦ ਉਸ ਬੰਦੇ ਨੂੰ ਆਪਣੇ ਜੋ ਵੀ ਉਹਦੇ ਡਿਊਜ਼ ਸੀਗੇ ਉਹ ਮਤਲਬ ਮਿਲੇ ਆ। ਇਹਦੇ ਨਾਲ ਉਹਨੇ ਆਪਣੀ ਆ ਕੇ ਸਿਵਲ ਲਾਈਫ ਦੇ ਵਿੱਚ ਸੈਟਲਮੈਂਟ ਹੋਣਾ, ਆਪਣਾ ਕੋਈ ਕਾਰੋਬਾਰ ਕਰਕੇ ਆਪਣੇ ਪਰਿਵਾਰ ਦੇ ਅੱਗੇ ਜੀਵਨ ਯਾਪਨ ਲਈ ਕੋਈ ਨਾ ਕੋਈ ਬੰਦੋਬਸਤ ਕਰਨਾ ਹੁੰਦਾ। ਲੇਕਿਨ ਅਜੇ ਤਾਂ ਉਸ ਤਰੀਕੇ ਨਾਲ ਸੈਟਲ ਵੀ ਨਹੀਂ ਹੋਇਆ ਅਤੇ ਉਹ ਇਹਨਾਂ ਠਾਈਬਰ ਠੱਗਾਂ ਦਾ ਜਿਹੜਾ ਸ਼ਿਕਾਰ ਹੋ ਗਿਆ। ਮਤਲਬ ਇਹ ਬੜੀ ਇੱਕ ਮੰਦਭਾਗੀ ਘਟਨਾ ਹੈ। ਇਹਦੇ ਵਿੱਚ ਦੇਸ਼ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਜ਼ ਨੇ ਇਹ ਜਿਹੜੇ ਪੇਪਰ ਯੂਜ਼ ਕੀਤੇ ਗਏ ਨੇ ਇਹਦੇ ਉੱਤੇ ਦੇਸ਼ ਦਾ ਜਿਹੜਾ ਐਂਬਲਮ ਹੈ ਨੈਸ਼ਨਲ ਐਂਬਲਮ ਉਹਦੀ ਵੀ ਬੈਕਗਰਾਊਂਡ ਪ੍ਰਿੰਟਿੰਗ ਹੈ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਮਤਲਬ ਮੈਂ ਆਪਣੇ ਸਾਰੇ ਲੋਕਾਂ ਨੂੰ, ਸਾਬਕਾ ਸੈਨਿਕਾਂ ਨੂੰ, ਸਿਵਲੀਅਨਸ ਨੂੰ, ਜੋ ਜੋ ਵੀ ਇਸ ਬਾਈਟ ਨੂੰ ਦੇਖ ਰਿਹਾ, ਮੈਂ ਇਹ ਕਹਿਣਾ ਚਾਹੁੰਦਾ ਵੀ ਇਹੋ ਜਿਹੇ ਸਾਈਬਰ ਠੱਗਾਂ ਤੋਂ ਸਾਵਧਾਨ ਰਹੋ। ਇਹਨਾਂ ਦੀ ਕਿਸੇ ਵੀ ਕਾਲ ਨੂੰ ਜਿੱਥੇ ਤੁਹਾਨੂੰ ਲੱਗਦਾ ਕਿ ਕੋਈ ਗਲਤ ਚੀਜ਼ ਹੋ ਗਈ ਹੈ ਉਹਨੂੰ ਜਿੰਨੀ ਵੀ ਜਲਦੀ ਹੁੰਦਾ ਕੱਟ ਕਰੋ, ਔਰ ਇਸ ਦੀ ਰਿਪੋਰਟ ਜਿਹੜੀ ਹੈ ਨਾਲ ਦੇ ਨਾਲ ਆਪਣੇ ਪੁਲਿਸ ਸਟੇਸ਼ਨ ਦੇ ਵਿੱਚ ਜ਼ਰੂਰ ਦਿਓ ਕਿ ਇਸ ਨੰਬਰ ਤੋਂ ਮੇਰੇ ਨਾਲ ਆਹ ਕਾਰਵਾਈ ਹੋ ਗਈ ਹੈ, ਤਾਂ ਜੋ ਉਹਨਾਂ ਖਿਲਾਫ਼ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾ ਸਕੇ। ਇੱਕ ਮੈਂ ਆਪਣੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜੀ ਘਟਨਾ ਇਹਦੇ ਨਾਲ ਹੋਈ ਹੈ ਤੁਸੀਂ ਇਹ ਉੱਚ ਅਧਿਕਾਰੀਆਂ ਦੇ ਨਾਲੇਜ 'ਚ ਲਿਆ ਕੇ ਇਹਦੀ ਜਿਹੜੀ ਮਿਹਨਤ ਦੀ ਕਮਾਈ ਹੈ ਉਹਨੂੰ ਵਾਪਸ ਕਰਵਾਉਣ ਦੇ ਵਿੱਚ ਵੀ ਇੱਕ ਵੱਡਾ ਯੋਗਦਾਨ ਜਿਹੜਾ ਉਹ ਪਾਓ, ਤਾਂ ਜੋ ਇੱਕ ਸਾਬਕਾ ਸੈਨਿਕ ਨੂੰ ਉਹਦੀ ਮਿਹਨਤ ਦੀ ਕਮਾਈ ਜਿਹੜੀ ਹੈ ਵਾਪਸ ਮਿਲ ਸਕੇ। ਮੇਰਾ ਨਾਮ ਗੁਰਵਿੰਦਰ ਸਿੰਘ ਹੈ। ਮੈਂ ਜਿਵੇਂ ਹੀ ਆਰਮੀ ਤੋਂ ਰਿਟਾਇਰਡ ਹੁੰਦਾ 30 ਸਤੰਬਰ ਨੂੰ, ਔਰ ਮੈਨੂੰ 14 ਸਤੰਬਰ ਨੂੰ ਹੀ ਇਹ ਕਾਲ ਆ ਗਈ ਸੀ ਸਾਈਬਰ ਠੱਗਾਂ ਵੱਲੋਂ, ਜਿਸ ਦਾ ਮੈਂ ਬੜੀ ਬੁਰੀ ਤਰ੍ਹਾਂ ਸ਼ਿਕਾਰ ਹੋਇਆ। ਔਰ ਮੈਂ ਮੇਨ ਸ਼ਿਕਾਰ ਤਾਂ ਹੋਇਆ ਕਿਉਂਕਿ ਇਹ 'ਤੇ ਪੂਰੇ ਲੋਗੋ ਲੱਗੇ ਹੋਏ ਸੀ, ਔਰ ਪ੍ਰੋਪਰ ਵੇ 'ਚ ਮੈਨੂੰ IPS ਸਮਾਧਾਨ ਕਰਕੇ ਵੀਡੀਓ ਕਾਲ ਵੀ ਆ ਰਹੀ ਸੀ ਕਿ ਇੱਦਾਂ ਦਾ ਆਪਾਂ IPS ਸਮਾਧਾਨ ਬੋਲਦੇ ਹਾਂ ਔਰ ਤੁਹਾਨੂੰ ਡਾਇਰੈਕਟ ਇਸ ਕੇਸ 'ਚ ਅਰੈਸਟ ਕੀਤਾ ਜਾਏਗਾ। ਅਤੇ ਮੈਂ ਤਾਂ ਇਹੀ ਤੁਹਾਡੇ ਚੈਨਲ ਥਰੂ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਜਿਹੜੇ ਠੱਗ ਨੇ ਉਹ ਫੜੇ ਜਾਣ। ਮੇਰੀ ਟੋਟਲ ਰਾਸ਼ੀ ਜਿਹੜੀ ਹੈ 22,61,000 ਦੇ ਕਰੀਬ ਮੈਂ ਗਵਾ ਚੁੱਕਾ ਹਾਂ, ਅਤੇ ਮੇਰੀ ਇਹ ਤੁਹਾਡੇ ਚੈਨਲ ਦੇ ਥਰੂ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਸਾਈਬਰ ਠੱਗ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਏ, ਔਰ ਤਾਂ ਜੋ ਅੱਗੇ ਤੋਂ ਕੋਈ ਵੀ ਇੱਦਾਂ ਦਾ ਸਾਈਬਰ ਠੱਗ ਜਿਹੜਾ ਉਹ ਠੱਗੀ ਨਾ ਕਰ ਸਕਣ। ਮੈਨੂੰ ਕੰਪਲੇਂਟ 17 ਤਰੀਕ ਨੂੰ ਹੀ ਕਰ ਦਿੱਤੀ ਸੀ ਔਰ 21 ਤਰੀਕ ਨੂੰ ਉਹਨਾਂ ਨੂੰ ਰਿਟਰਨ 'ਚ ਵੀ ਦੇ ਦਿੱਤਾ ਸੀ, ਲੇਕਿਨ ਮੈਨੂੰ ਇਹੀ ਵਿਸ਼ਵਾਸ ਦਵਾਇਆ ਜਾ ਰਿਹਾ ਹਾਲੇ ਤੱਕ ਕਿ ਤੁਹਾਡੀ FIR ਹੋ ਜਾਏਗੀ। ਮੈਂ ਡੇਲੀ ਜਾਂਦਾ, ਇੱਕ ਚੱਕਰ ਪੱਕਾ ਕੱਟਦਾ ਮੈਡਮ ਦਾ ਵੀ, SHO ਸਾਹਿਬ ਨੇ ਉੱਥੇ ਮੈਡਮ, ਅਤੇ ਮੈਂ ਡੇਲੀ ਇੱਕ ਚੱਕਰ ਲਗਾਉਂਦਾ, ਲੇਕਿਨ ਹਾਲੇ ਇਸ ਮਾਮਲੇ 'ਤੇ ਕੋਈ ਇੰਨੀ ਸੁਣਵਾਈ ਨਹੀਂ ਕੀਤੀ ਗਈ ਮੇਰੀ। ਮੈਂ 21 ਸਾਲ ਦੇਸ਼ ਦੀ ਸੇਵਾ ਕਰਕੇ ਆਪਣੇ ਘਰ ਵਾਪਿਸ ਆਇਆ। ਮੈਂ ਇਹੀ ਕਰਦਾ ਕਿ ਜਲਦੀ ਤੋਂ ਜਲਦੀ ਮੇਰੀ ਜਿਹੜੀ ਉਹ ਰਾਸ਼ੀ ਵਾਪਿਸ ਦਿਲਾਈ ਜਾਏ, ਔਰ ਜਿਹੜੇ ਜਿਨ੍ਹਾਂ ਨੇ ਇਹ ਠੱਗੀ ਕੀਤੀ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਏ ਤਾਂ ਜੋ ਮੇਰੀ ਰਾਸ਼ੀ ਵਾਪਿਸ ਆ ਸਕੇ। ਜਦੋਂ ਮੈਨੂੰ ਵੀਡੀਓ ਕਾਲ ਆਉਂਦੀ ਹੈ, ਮਤਲਬ ਨੈਕਸਟ ਡੇ, ਉਹ ਪਹਿਲੀ ਗੱਲ ਤਾਂ ਉਹ ਮੇਰੇ ਨਾਲ ਵਟਸਐਪ 'ਤੇ 2 ਦਿਨ ਅਟੈਚ ਹੀ ਰਹੇ ਨੇ ਲਗਾਤਾਰ, ਔਰ ਜਿਵੇਂ ਮੈਨੂੰ IPS ਸਮਾਧਾਨ ਦੀ ਕਾਲ ਆਉਂਦੀ ਹੈ ਫਿਰ ਮੈਂ ਥੋੜ੍ਹਾ ਪਾਣੀ ਪਾਣੀ ਹੋ ਜਾਂਦਾ ਕਿ ਐਡੇ ਵੱਡੇ ਅਧਿਕਾਰੀ ਦੀ ਕਾਲ ਆ ਸਕਦੀ ਹੈ। ਮੈਨੂੰ ਇਹ ਅੰਦਾਜ਼ਾ ਵੀ ਨਹੀਂ ਕਿ ਇੰਨਾ ਫੇਕ ਹੋ ਸਕਦਾ ਉਹਦੇ ਵਿੱਚ, ਕਿਉਂਕਿ ਉਹ ਪ੍ਰੋਪਰ ਵੇ ਵਿੱਚ ਉਹਨਾਂ ਨੇ ਯੂਨੀਫਾਰਮ ਪਾਈ ਹੋਈ ਸੀ, ਔਰ ਉਹ ਇਹੀ ਵਾਰ ਵਾਰ ਕਹਿ ਰਹੇ ਸੀ ਤੁਹਾਨੂੰ CBI ਜਿਹੜੀ ਹੈ ਡਾਇਰੈਕਟ ਦਿੱਲੀ ਪੁਲਿਸ ਅਰੈਸਟ ਕਰੇਗੀ, ਅਤੇ ਮੈਂ ਥੋੜ੍ਹਾ ਤਾਂ ਉਹਨਾਂ ਦੇ ਜਿਹੜੇ ਚੰਗੁਲ 'ਚ ਫਸ ਗਿਆ।